ਜੇਕਰ ਗੱਲ ਕੀਤੀ ਹੈ ਬਈ ਜੀਪੀ ਲੀਡਰ ਨੇ ਇੱਕ ਕਾਲੋਂ ਉਹਨਾਂ ਨੇ ਇੱਕ ਬਿਆਨ ਦਿੱਤਾ ਸੀਗਾ ਕਿਸਾਨਾਂ ਨੂੰ ਲੈ ਕੇ ਜਿਸ ਦਾ ਜਵਾਬ ਰਾਜਵਾਲ ਨੇ ਦਿੱਤਾ ਰਾਜਵਾਲ ਕਹਿੰਦੇ ਨੇ ਕਿ ਜੇਕਰ ਇਹ ਅਜਿਹੇ ਬਿਆਨ ਦਿੰਦੇ ਨੇ ਤਾਂ ਇਹਨਾਂ ਨੂੰ ਚੇਤਾਵਨੀ ਆ ਅੱਗੇ ਵਾਸਤੇ ਅਜਿਹੇ ਬਿਆਨ ਨਾ ਦੇ ਨਹੀਂ ਅਸੀਂ ਇਹਨਾਂ ਦੀ ਜਿਹੜੀਆਂ ਨਾਨੀ ਯਾਦ ਕਰਵਾ ਦਾਂਗੇ ਤੇਰੇ ਵਰਗੇ ਕਈ ਆਏ ਬਹੁਤ ਭੌਕੜ ਆਏ ਅਸੀਂ ਉਹਨਾਂ ਤੋਂ ਡਰ ਕੇ ਇਹ ਅੰਦੋਲਨ ਨਹੀਂ ਮੱਠਾ ਪੈਣ ਦੇਵਾਂਗੇ ਔਰ ਉਹਨੂੰ ਸਮਝ ਲੈਣਾ ਚਾਹੀਦਾ ਹੈ ਜੇ ਅਕੋਦੋ ਇਹੋ ਜਿਹਾ ਬਕਵਾਸ ਕੀਤਾ ਤਾਂ ਇਹੋ ਜਿਹਾ ਸਬਕ ਸਿਖਾਵਾਂਗੇ ਨਾਨੀ ਚਿੱਤੇ ਆ ਜਾਓ ਉਹ ਕਹਿੰਦਾ ਵੀ ਮੈਨੂੰ ਕਹਿੰਦੇ ਵੀ ਤੇਰੇ ਘਰ ਦੇ ਮੂਹਰੇ ਗੋਹਾ ਲਾਉਣਾ ਆਉਣਾ ਹੈ ਕਹਿੰਦਾ ਮੈਂ ਕਿਹਾ ਇੱਕ ਮੰਜੀ ਤੇ ਚਟਾ ਕੱਪੜਾ ਵੀ ਲੈ ਆਇਓ ਕਿਸਾਨ ਅੱਗੂ ਸਰਦਾਰ ਬਲਬੀਰ ਸਿੰਘ ਰਾਜੀਵਾਲ ਉਹ ਕਹਿੰਦੇ ਤੁਸੀਂ ਕਿਸਾਨਾਂ ਦੇ ਸਬਰ ਦਾ ਇਮਤਿਹਾਨ ਨਾ ਲਓ ਜੇ ਅਸੀਂ ਆਪਣੀ ਆਈ ਤੇ ਆਗੇ ਤਾਂ ਨਾਨੀ ਚਿੱਤੇ ਕਰਾ ਦਾਂਗੇ ਦੁਬਾਰਾ ਤੋਂ ਇਸ ਤਰ੍ਹਾਂ ਦੇ ਬਿਆਨ ਨਹੀਂ ਦੇਵੇਂਗਾ ਇਹਨਾਂ ਦੇ ਪਿੱਛੇ ਕੋਈ ਅਜੀਹੀ ਚਾਲ ਤਾਂ ਨਹੀਂ ਨਜ਼ਰ ਆ ਰਹੀ ਕਿ ਕਿਸਾਨਾਂ ਨੂੰ ਢੁਕਾ ਕੇ ਹਿੰਸਕ ਕਰਾਇਆ ਜਾਵੇ ਤੇ ਇਹ ਜਿਹੜਾ ਅੰਦੋਲਨ ਸ਼ਾਂਤੀਪੂਰਵਕ ਚੱਲਦਾ ਹੈ ਇਹਦੀ ਦਿਸ਼ਾ ਹੀ ਬਦਲ ਦਿੱਤੀ ਜਾਵੇ ਸੋ ਕਿਸਾਨ ਆਗੂਆਂ ਨੂੰ ਇਹਦੇ ਤੋਂ ਸੁਚੇਤ ਰਹਿਣ ਦੀ ਲੋੜ ਹੈ ਟੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਸੁਖਵੀਰ ਸਿੰਘ ਕਾਫੀ ਲੰਬੇ ਸਮੇਂ ਤੋਂ ਜਿਹੜਾ ਉਹ ਰੋਡ ਬੇਜ ਤੇ 5 ਵਜ ਦੇ ਜਿਹੜੇ ਮੁਲਾਜ਼ਮ ਸੀਗੇ ਉਹਨਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਉਹਨਾਂ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਪੱਕੇ ਕਰੇ ਤੇ ਹੋਰ ਵੀ ਉਹਨਾਂ ਦੇ ਕਈ ਮੰਗਾਂ ਸਨ ਜਿਸ ਨੂੰ ਲੈ ਕੇ ਅੱਜ ਉਹਨਾਂ ਨੇ 9 ਦਿਨਾਂ ਬਾਅਦ ਜਿਹੜਾ ਆਪਣਾ ਧਰਨਾ ਖਤਮ ਕਰ ਦਿੱਤਾ ਇਸ ਪੂਰੇ ਮੁੱਦੇ ਤੇ ਚਰਚਾ ਕਰਨ ਲਈ ਸਾਡੇ ਨਾਲ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਢੱਲਰੀਆ ਗੱਲਬਾਤ ਕਰਦੇ ਆਂ ਸਰ ਇਹਨੂੰ ਲੈ ਕੇ ਕੀ ਕਹਿਣਾ ਹੈ ਜਿਹੜਾ ਅੱਜ ਧਰਨਾ ਖਤਮ ਕੀਤਾ ਕੱਚੇ ਮੁਲਾਜ਼ਮਾਂ ਨੇ ਦੇਖੋ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਉਹਨਾਂ ਦੀ ਮੀਟਿੰਗ ਫਿਕਸ ਹੋਈ ਸੀ ਸਿਵਲ ਸਕੱਤਰੇਤ ਇਸ ਤੋਂ ਪਹਿਲਾਂ ਜਿਹੜੇ ਉਹਨਾਂ ਦੇ ਮੁਖ ਪ੍ਰਮੁਖ ਸਖਤਰ ਨੇ ਸੁਰੇਸ਼ ਕੁਮਾਰ ਉਹਨਾਂ ਨਾਲ ਦੋ ਦਿਨ ਪਹਿਲਾਂ ਮੀਟਿੰਗ ਹੋਈ ਸੀ ਪਤਾ ਲੱਗਿਆ ਕਿ ਕੁਝ ਮੰਗਾਂ ਦੇ ਉੱਤੇ ਉਹਨਾਂ ਦੀ ਸਹਿਮਤੀ ਬਣ ਗਈ ਇੱਕ ਤਾਂ ਉਹਨਾਂ ਦਾ ਜਿਹੜਾ ਬੇਤਨ ਵਧਾਉਣ ਵਾਸਤੇ ਗੱਲ ਤੁਰੀ ਹੈ ਉਹਦਾ ਸਰਕਾਰ ਨੇ ਸਹਿਮਤ ਕਰ ਲਈ ਹੈ ਕਿ ਬੇਤਨ ਵਧਾਇਆ ਜਾਵੇਗਾ ਜਿਹੜਾ ਉਹਨਾਂ ਨੂੰ ਪੱਕੇ ਕਰਨ ਦਾ ਮਾਮਲਾ ਸੀ ਉਹਦਾ ਵੀ ਕਹਿੰਦੇ ਆ ਕਿ ਕੋਈ ਟਾਈਮ ਫਰੇਮ ਕੀਤਾ ਹੈ ਉਦੋਂ ਤੱਕ ਆ ਉਹਨਾਂ ਦੇ ਆਗੂ ਨੇ ਸਤਾਰ ਰੇਸ਼ਮ ਸਿੰਘ ਉਹਨਾਂ ਨੇ ਕਿਹਾ ਕਿ ਸਰਕਾਰ ਨਾਲ ਬੜੇ ਵਧੀਆ ਤਰੀਕੇ ਦੇ ਨਾਲ ਸਾਡੀ ਗੱਲਬਾਤ ਹੋਈ ਹੈ ਜਿਹਦੇ ਕਰਕੇ ਜਿਹੜੀਆਂ ਸਹਿਮਤੀਆਂ ਹੋਣ ਕਰਕੇ ਅਸੀਂ ਹਾਲ ਦੀ ਘੜੀ ਜਿਹੜਾ ਆਪਣਾ ਅੰਦੋਲਨ ਹੈ ਉਹ ਮੁਲਤਵੀ ਕਰਤਾ ਨਵੀਆਂ ਬਸਾਂ ਪਾਉਣ ਵਾਸਤੇ ਸਰਕਾਰ ਨੇ ਹਮੀ ਭਰੀ ਹੈ ਉਹ ਕਦੋਂ ਤੱਕ ਪਾਉਂਦੇ ਨੇ ਇਹ ਤਾਂ ਸਮਾਂ ਦੱਸੇਗਾ ਲੇਕਿਨ ਉਹਨਾਂ ਨੇ ਕਿਹਾ ਕਿ 29 ਸਤੰਬਰ ਨੂੰ ਇੱਕ ਵਾਰ ਮੁੜ ਤੋਂ ਜਥੇਬੰਦੀਆਂ ਦੀ ਮੀਟਿੰਗ ਹੋਵੇਗੀ ਜਿਹਦੇ ਵਿੱਚ ਸਰਕਾਰ ਨਾਲ ਜੋ ਫੈਸਲੇ ਹੋਏ ਨੇ ਉਹਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਪਰ ਹਾਲ ਦੀ ਘੜੀ ਉਹਨਾਂ ਨੇ ਜਿਹੜਾ ਆਪਣਾ ਹੜਤਾਲ ਸੀ ਸੀਸਮਾ ਨੂੰ ਜਾਂਦੀ ਸੜਕ ਦੇ ਉੱਤੇ ਉਹ ਲਗਾਤਾਰ ਬੈਠੇ ਹੋਏ ਸਨ ਉਹਨੂੰ ਮੁਲਤਵੀ ਕਰ ਦਿੱਤਾ ਹੈਗਾ ਭਾ ਠੇਕਾ ਆਧਾਰ ਤੇ ਜਿਹੜੇ ਇਹ ਮੁਲਾਜ਼ਮ ਨੇ ਹੁਣ ਬਸਾਂ ਵਗੈਰਾ ਨਹੀਂ ਘੇਰਨਗੇ ਜਿਹਦੇ ਕਰਕੇ ਲੱਗਦਾ ਹੈ ਕਿ ਕੁਝ ਇੱਕ ਰਾਤ ਵਾਲੀ ਖਬਰ ਸਾਨੂੰ ਮਹਿਸੂਸ ਹੋ ਰਹੀ ਹੈ ਕਿਉਂਕਿ ਇਹਨਾਂ ਦੇ ਬੰਦ ਹੋਣ ਕਰਕੇ ਬਹੁਤ ਸਾਰੀਆਂ ਜਿਹੜੀਆਂ ਬਸਾਂ ਸੀ ਉਹ ਪ੍ਰਭਾਵਿਤ ਹੋਈਆਂ ਸੀ ਇਹਦਾ ਜਿਹੜਾ ਅਸਰ ਹੈ ਉਹ ਆਮ ਲੋਕਾਂ ਤੇ ਪੈਂਦਾ ਦੱਸਣ ਵਾਲੀ ਗੱਲ ਇਹ ਵੀ ਹੈ ਕਿ ਹਰਿਆਣਾ ਰੋਡਵੇਜ ਦੇ ਜਿਹੜੇ ਕਰਮਚਾਰੀ ਨੇ ਉਹਨਾਂ ਨੇ ਵੀ ਪੰਜਾਬ ਦੇ ਇਹਨਾਂ ਕਰਮਚਾਰੀਆਂ ਦੀ ਹਮਾਇਤ ਦੇ ਵਿੱਚ ਅੱਜ 2 ਘੰਟੇ ਹੜਤਾਲ ਰੱਖੀ ਸੀ ਕਹਿ ਸਕਦੇ ਹਾਂ ਕਿ ਸਰਕਾਰ ਤੇ ਇਹਨਾਂ ਜਥੇਬੰਦੀਆਂ ਦੇ ਵਿੱਚ ਕੋਈ ਸਹਿਮਤੀ ਬਣੀ ਹੈ ਜਿਹਦੇ ਕਰਕੇ ਵਕਤੀ ਤੌਰ ਤੇ ਉਹਨਾਂ ਨੇ ਆਪਣਾ ਜਿਹੜਾ ਸੰਘਰਸ਼ ਵਾਪਸ ਲੈ ਲਿਆ ਔਰ ਕੱਲ ਤੋਂ ਬੱਸਾਂ ਜਿਹੜੀਆਂ ਨੇ ਉਹ ਸਾਰੀਆਂ ਚੱਲਣਗੀਆਂ ਉਧਰ ਜੇਕਰ ਗੱਲ ਕੀਤੀ ਹੈ ਬਈ ਬੀਜੇਪੀ ਲੀਡਰ ਨੇ ਇੱਕ ਕਾਲੋਂ ਉਹਨਾਂ ਨੇ ਇੱਕ ਬਿਆਨ ਦਿੱਤਾ ਸੀਗਾ ਕਿਸਾਨਾਂ ਨੂੰ ਲੈ ਕੇ ਤੇ ਜਿਸ ਦਾ ਜਵਾਬ ਰਾਜਵਾਲ ਨੇ ਦਿੱਤਾ ਰਾਜਵਾਲ ਕਹਿੰਦੇ ਨੇ ਕਿ ਜੇਕਰ ਇਹ ਅਜਿਹੇ ਬਿਆਨ ਦਿੰਦੇ ਨੇ ਤਾਂ ਇਹਨਾਂ ਨੂੰ ਚੇਤਾਵਨੀ ਆ ਅੱਗੇ ਵਾਸਤੇ ਅਜਿਹੇ ਬਿਆਨ ਨਾ ਦੇਣ ਨਹੀਂ ਅਸੀਂ ਇਹਨਾਂ ਦੀ ਜਿਹੜੀਆਂ ਨਾਨੀ ਯਾਦ ਕਰਵਾ ਦਾਂਗੇ ਜੀ ਇਹ ਬੰਦਾ ਹਰਿੰਦਰ ਸਿੰਘ ਕਾਲੋਂ ਆ ਜੀ ਕੋਈ ਸੁਸ਼ੀਲ ਕੁਮਾਰ ਆ ਜੀ ਦੀ ਪ੍ਰਧਾਨਗੀ ਦੇ ਵਿੱਚ ਇੱਕ ਮੀਟਿੰਗ ਹੋਈ ਸੀ ਗੁਰਦਾਸਪੁਰ ਦੇ ਵਿੱਚ ਉਹ ਕਹਿੰਦਾ ਵੀ ਮੈਨੂੰ ਕਹਿੰਦੇ ਵੀ ਤੇਰੇ ਘਰ ਦੇ ਮੂਹਰੇ ਗੋਹਾ ਲਾਉਣਾ ਆਣਾ ਹੈ ਕਹਿੰਦਾ ਮੈਂ ਕਿਹਾ ਇੱਕ ਮੰਜੀ ਤੇ ਚਿੱਟਾ ਕਪੜਾ ਵੀ ਲੈ ਆਇਓ ਉਦੋਂ ਬਾਅਦ ਉਹਨੇ ਆ ਬਿਆਨ ਦਿੱਤਾ ਕਿ ਜੇ ਮੈਂ ਹੁੰਦਾ ਪ੍ਰਧਾਨ ਮੰਤਰੀ ਤਾਂ ਮੈਂ ਇਹਨਾਂ ਦੇ ਡੰਡੇ ਮਾਰਦਾ ਇਹਨੂੰ ਕਾਫੀ ਆੜੇ ਹੱਥੀ ਲਿਆ ਕਿਸਾਨ ਅਗੂ ਸਰਦਾਰ ਬਲਬੀਰ ਸਿੰਘ ਰਾਜੇਵਾਲ ਨੇ ਉਹ ਕਹਿੰਦੇ ਤੁਸੀਂ ਕਿਸਾਨਾਂ ਦੇ ਸਬਰ ਦਾ ਇਮਤਿਹਾਨ ਨਾ ਲਓ ਜੇ ਅਸੀਂ ਆਪਣੀ ਆਈ ਤੇ ਆਗੇ ਤਾਂ ਨਾਨੀ ਚਿੱਤੇ ਕਰਾ ਦਾਂਗੇ ਦੁਬਾਰਾ ਤੋਂ ਇਸ ਤਰ੍ਹਾਂ ਦੇ ਬਿਆਨ ਨਹੀਂ ਦੇਵੇਂਗਾ ਪਰ ਕਿਸਾਨਾਂ ਨੇ ਜੋ ਕਿਹਾ ਅਸੀਂ ਸ਼ਾਂਤੀਪੂਰਵਕ ਆਪਣਾ ਅੰਦੋਲਨ ਚਲਾ ਰਹੇ ਹਾਂ ਸਾਨੂੰ ਸ਼ਾਂਤੀਪੂਰਵਕ ਚਲਾਉਣ ਦਿਓ ਮੈਨੂੰ ਲੱਗਦਾ ਕਿ ਇਹ ਜੇ ਮੂੰਹ ਪਾਟੇ ਆਗੂ ਇਹਨਾਂ ਦੇ ਪਿੱਛੇ ਕੋਈ ਆਗੂ ਤਾਂ ਕਹਿਣਾ ਨਹੀਂ ਚਾਹੀਦਾ ਇਹ ਜੇ ਬੰਦੇ ਨੂੰ ਇਹਨਾਂ ਦੇ ਪਿੱਛੇ ਕੋਈ ਅਜਿਹੀ ਚਾਲ ਤਾਂ ਨਹੀਂ ਨਜ਼ਰ ਆ ਰਹੀ ਕਿ ਕਿਸਾਨਾਂ ਨੂੰ ਢੁਕਾ ਕੇ ਹਿੰਸਕ ਕਰਾਇਆ ਜਾਵੇ ਤੇ ਇਹ ਜਿਹੜਾ ਅੰਦੋਲਨ ਸ਼ਾਂਤੀਪੂਰਵਕ ਚੱਲਦਾ ਹੈ ਇਹਦੀ ਦਿਸ਼ਾ ਹੀ ਬਦਲ ਦਿੱਤੀ ਜਾਵੇ ਸੋ ਕਿਸਾਨ ਆਗੂਆਂ ਨੂੰ ਇਹਦੇ ਤੋਂ ਸੁਚੇਤ ਰਹਿੰਦੀ ਲੋੜ ਹੈ ਰਾਜੇਵਾਲ ਸਾਹਿਬ ਨੇ ਤਾਂ ਇੱਥੋਂ ਤੱਕ ਕਿ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਤੁਸੀਂ ਦਿੱਲੀ ਜਾ ਕੇ ਬੈਠੋ ਹਰਿਆਣੇ 'ਚ ਬੈਠੋ ਉਹਨੂੰ ਵੀ ਕਾਫੀ ਅੜੇ ਹੱਥੀ ਦੇ ਆ ਕਿ ਕੈਪਟਨ ਸਾਹਿਬ ਸੋ ਸੋਚ ਸਮਝ ਕੇ ਬਿਆਨਬਾਜ਼ੀ ਕਰੋ ਸੋ ਕਿਸਾਨ ਬਹੁਤ ਦੁਖੀ ਨੇ ਜੇ ਤੁਸੀਂ ਐਡੇ ਹੀ ਕਿਸਾਨਾਂ ਦੇ ਮਦਈ ਸੀ ਤਾਂ ਜਾ ਕੇ ਪ੍ਰਧਾਨ ਮੰਤਰੀ ਦੇ ਕੋਲ ਬੈਠੋ ਪ੍ਰਧਾਨ ਮੰਤਰੀ ਨਾਲ ਸਰਪਾਰਟੀ ਲੈ ਕੇ ਜਾਓ ਆਪ ਦੀ ਆਪ ਦੀ ਡਫਲੀ ਵਜਾਉਂਦੇ ਐ ਇਸ ਵੇਲੇ ਪੈਰ ਪੰਜਾਬ ਚ ਕਿਸੇ ਦੇ ਨਹੀਂ ਲੱਗ ਰਹੇ ਹਰ ਬੰਦਾ ਆਪੋ ਆਪਣੀ ਡਫਲੀ ਵਜਾ ਕੇ ਤੇ ਆਪਣੇ ਆਪ ਨੂੰ ਕਿਸਾਨ ਹਤੈਸ਼ੀ ਕਹਾਉਣ ਦਾ ਵੱਡਾ ਢੰਡੋਰਾ ਪਿੱਟ ਰਹੇ ਨੇ ਕਿ ਮੈਂ ਸਭ ਤੋਂ ਵੱਧ ਕਿਸਾਨਾਂ ਦਾ ਹਤੈਸ਼ੀ ਆ ਮੈਂ ਕਿਸਾਨਾਂ ਦਾ ਹਤੈਸ਼ੀ ਆ ਪਰ ਜੋ ਚੀਜ਼ ਕਿਸਾਨਾਂ ਨਾਲ ਵਾਪਰ ਰਹੀ ਹੈ ਇਸ ਨਰਿੰਦਰ ਮੋਦੀ ਦੀ ਸਰਕਾਰ ਨੇ ਉਹ ਸਮੇਂ ਜਦੋਂ ਸਾਰੇ ਮੁਲਕ ਦੇ ਵਿੱਚ ਕਰੋਨਾ ਕਰਕੇ ਘਾਟੇ ਪੈ ਰਹੇ ਨੇ ਤਾਂ ਚੰਦ ਜਿਹੜੇ ਕਾਰਪੋਰੇਟ ਘਰਾਣੇ ਨੇ ਉਹਨਾਂ ਨੂੰ ਫਾਇਦਾ ਪਹੁੰਚਾਉਣ ਦੀ ਖਾਤਰ ਇਹ ਕਾਨੂੰਨ ਹੋਣ ਚੁਲਿਆਂਦੇ ਜਿਨ੍ਹਾਂ ਜੇ ਇਹਨਾਂ ਰਾਸੀਆਗੂਆਂ ਦੀ ਜਿਹੜੇ ਪੰਜਾਬ ਨਾਲ ਸੰਬੰਧਿਤ ਨੇ ਇਹ ਗੰਭੀਰਤਾ ਹੁੰਦੀ ਗੰਭੀਰਤਾ ਨਾਲ ਲੜਦੇ ਤਾਂ ਇਹਨਾਂ ਦੀਆਂ ਪਿਛਲੀਆਂ ਭੂਮਿਕਾਵਾਂ ਦੇਖ ਲਓ ਇੱਕ ਦੂਜੇ ਤੇ ਚਿਕੜੋ ਛਾਲ ਰਹੇ ਨੇ ਇੱਕ ਉਂਗਲ ਜਿਹੜੀ ਦੂਜੇ ਪਾਸੇ ਕਰਦਾ ਜਿਹੜੀ ਆਪਦੇ ਵਾਲੇ ਪਾਸੇ ਹੋਵੇ ਉਹਦਾ ਦੇਖਣਾ ਚਾਹੀਦਾ ਸੋ ਕਿਸਾਨ ਅੰਦੋਲਨ ਕਰ ਰਹੇ ਨੇ ਕਿਸਾਨ ਕਹਿੰਦੇ ਅਸੀਂ ਜਿੱਥ ਦੇ ਨੇੜੇ ਪਹੁੰਚ ਗਏ ਆ 20 ਤਰੀਕ ਨੂੰ ਸੁਪਰੀਮ ਕੋਰਟ ਦੇ ਵਿੱਚ ਪੇਸ਼ੀ ਵੀ ਹੈ ਉਦੋਂ ਦੇਖਣਾ ਪਵੇਗਾ ਕਦੇ ਇਹ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਜਾਂਦੇ ਨੇ ਭਲਾ ਪੁੱਛੇ 9 ਮਹੀਨਿਆਂ ਤੋਂ ਕਿਸਾਨ ਉੱਥੇ ਬੈਠੇ ਨੇ 10 ਮਹੀਨਾ ਲੱਗ ਗਿਆ ਵਾ ਇਹ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਲੋਕਾਂ ਦੀ ਥਾਂ ਕਿਸਾਨਾਂ ਦਾ ਮਨੁੱਖੀ ਅਧਿਕਾਰ ਨਾ ਜ਼ਿਆਦਾ ਆ ਕਿ ਉਹ ਤੋਂ ਠੰਡੀਆਂ ਰਾਤਾਂ ਦੇ ਵਿੱਚ ਗਰਮ ਦੁਪਹਿਰੀਆਂ ਬਰਸਾਤਾਂ ਦੇ ਵਿੱਚ ਉੱਥੇ ਬੈਠੇ ਨੇ ਸੋ ਇਹ ਜਿਹੜੀਆਂ ਸਰਕਾਰਾਂ ਨੇ ਇਹਨਾਂ ਨੇ ਕਈ ਇਹੋ ਜਿਹੇ ਕਮਿਸ਼ਨ ਬਣਾਏ ਹੋਏ ਨੇ ਜਿਦੇ ਵਿੱਚ ਮੇਰੇ ਤੇਰ ਵਰਗੇ ਤੋਂ ਕੋਈ ਅਰਜੀ ਪਵਾ ਕੇ ਮੁੜ ਕੇ ਚੱਲਦੇ ਕੰਮ ਦੇ ਵਿੱਚ ਆਪਦੀ ਹਾਜ਼ਰੀ ਲਵਾਉਣ ਦੀ ਗੱਲ ਹੁੰਦੀ ਹੈ ਚੰਗਾ ਇਹ ਹੈ ਕਿ ਇਸ ਮਾਮਲੇ ਦੇ ਵਿੱਚ ਕਿਸਾਨਾਂ ਨਾਲ ਬੈਠ ਕੇ ਇਹ ਮਾਮਲਾ ਨਿਜਠਿਆ ਜਾਵੇ ਬਹੁਤ ਚਿਰ ਹੋ ਗਿਆ ਅਜੇ ਹੋਰ ਸਬਰ ਦਾ ਪਿਆਲ ਕਿਸਾਨਾਂ ਦਾ ਨਾ ਲਓ ਕਿਰਪਾ ਕਰਕੇ ਨਹੀਂ ਤੁਹਾਨੂੰ ਕਿਮਿਆਜਾ ਭੁਗਤਣ ਲਈ ਤਿਆਰ ਰਹੋ ਜਿਸ ਤਰ੍ਹਾਂ ਕਿਸਾਨਾਂ ਨੇ ਲਾਮਬੰਦੀ ਕਰਕੇ ਮਹਾਪੰਚਾਇਤਾਂ ਕੀਤੀਆਂ ਨੇ ਉਸ ਤੋਂ ਸਪਸ਼ਟ ਹੈ ਕਿ ਕਿਸਾਨ ਜਿਹੜੇ ਆ ਉਹ ਬਖ ਬਖ ਰਾਜਾਂ ਵਿੱਚ ਜਿਹੜੇ ਚੋਣਾਂ ਆਉਣਗੀਆਂ ਉਦੋਂ ਇਹਨਾਂ ਤੇ ਸਿਆਸੀ ਝੋਟ ਵੀ ਮਾਰਨ ਦੀ ਸਮਰੱਥਾ ਰੱਖਦੀ ਹੈ ਜੀ ਧੰਨਵਾਦ ਜੀ ਇਹ ਸਨ ਸਾਡੇ ਨਾਲ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਢਿੱਲੋਈ ਜਿਨ੍ਹਾਂ ਨੇ ਇਹ ਮੁੱਦਿਆਂ ਤੇ ਜਿਹੜੀ ਉਹ ਖੁੱਲ ਕੇ ਚਰਚਾ ਕੀਤੀ ਆ ਹੁਣ ਦੇਖਣਾ ਇਹ ਹੋਊਗਾ ਕਿ ਜਿਹੜਾ ਕਾਫੀ ਲੰਮੇ ਸਮੇਂ ਤੋਂ ਕਿਸਾਨੀ ਅੰਦੋਲਨ ਚੱਲ ਰਿਹਾ ਹੋਰ ਕਿੰਨਾ ਸਮਾਂ ਚੱਲੇਗਾ ਜਾਂ ਫਿਰ 2022 ਦੀਆਂ ਚੋਣਾਂ ਨੂੰ ਦੇਖ ਕੇ ਸਰਕਾਰ ਇਹ ਕਾਨੂੰਨ ਰੱਦ ਕਰਨ ਦੇ ਲਈ ਮੰਨੇਗੀ ਜਾਂ ਫਿਰ ਨਹੀਂ ਕੈਮਰਾਮੈਨ ਜਸਪ੍ਰੀਤ ਨਾਲ ਮੈਂ ਸੁਖਵੀਰ ਭੰਗੂ ਪਟਿਆਲਾ 35 ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗਿਆਨੀ ਸਾਹਿਬ ਸਿੰਘ ਜੀ ਸ਼ਾਬਾਦ ਮਾਰਕੰਡਾ ਵਾਲਿਆਂ ਨਾਲ ਕਰੋ ਸਿੱਧੀ ਗੱਲਬਾਤ ਤੇ ਜਾਣੋ ਗੁਰਬਾਣੀ ਦੇ ਅਰਥ ਰੋਜ਼ਾਨਾ ਪਾਠ ਕਰਨ ਵਾਲੇ ਇਹ ਪ੍ਰੋਗਰਾਮ ਜ਼ਰੂਰ ਦੇਖਣ ਤੇ ਗੁਰੂ ਸਾਹਿਬ ਦੀਆਂ ਅਸੀਸਾਂ ਦੇ ਪਾਤਰ ਬਣਨ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਗੁਰਬਾਣੀ ਗਿਆਨ ਐਤਵਾਰ ਸਵੇਰੇ 7 ਤੋਂ 8 ਵਜੇ ਤੱਕ ਟੀ5 ਚੈਨਲ ਪੰਜਾਬੀ ਤੇ